ਹਾਂ ਜੀ, ਇੱਕ ਨਾ ਮੈਂ ਤੁਹਾਨੂੰ ਇੰਜਨ ਬ੍ਰੇਕ ਬਾਰੇ ਦੱਸਣਾ ਸੀਗਾ। ਉਹ ਸਾਈਨ ਆ ਰਿਹਾ ਇੰਜਨ ਆਹ ਵਾਲਾ ਸਾਈਨ ਆ ਜਿਵੇਂ, ਅਤੇ ਇੰਜਨ ਬ੍ਰੇਕਸ ਹੁੰਦੇ ਨੇ ਜਿਵੇਂ, ਇੱਕ ਤਾਂ ਨੋਰਮਲ ਬ੍ਰੇਕਸ ਹੁੰਦੇ ਨੇ ਟਰੱਕ ਦੇ ਏਅਰ ਬ੍ਰੇਕ ਹੈ ਨਾ, ਇੱਕ ਇੰਜਨ ਬ੍ਰੇਕਸ ਹੁੰਦੇ ਨੇ ਵੀ ਉਹ ਇੰਜਨ ਵੀ ਜ਼ੋਰ ਲਾਉਂਦਾ ਰੋਕਣ ਲਈ ਟਰੱਕ ਨੂੰ ਹੈ ਨਾ, ਅਤੇ ਉਹ ਵੀ ਸਟੋਪੇਜ ਲਈ ਹੈਲਪ ਕਰਦਾ ਹੈ ਨਾ। ਅਤੇ ਆਹ ਇਹਦਾ ਸਾਈਨ ਆ ਜਿਵੇਂ ਹੁਣ ਆਫ ਆ ਰਿਹਾ, ਆਹ ਇਹਦਾ ਬਟਨ ਆ, ਇਹਨੂੰ ਲੀਵਰ ਆ, ਇਹਨੂੰ ਥੱਲੇ ਨੂੰ ਕਰ ਦੇਣਾ ਹੈ ਨਾ। ਹੁਣ ਉੱਥੇ ਆ ਗਿਆ ਅਪਲਾਈਡ, ਠੀਕ ਆ। ਫਿਰ ਅੱਗੇ ਇਹਦੇ ਲੈਵਲ ਹੁੰਦੇ ਨੇ 1, 2, 3 ਹੈ ਨਾ, ਵੀ ਕਿੰਨੇ ਕੁ ਲਾਉਣੇ ਨੇ। ਇਹਨੂੰ ਹੋਰ ਨੀਚੇ ਕਰੋਗੇ 1, ਹੋਰ ਲੀਵਰ ਨੂੰ ਥੱਲੇ ਕਰੋਗੇ 2, ਆਹ 3 ਹੈ ਨਾ। ਫਿਰ ਜੇ ਤੁਸੀਂ ਇਹਨੂੰ ਜਦੋਂ ਚੱਲਦੇ ਚੱਲਦੇ ਟਰੱਕ ਦੇ ਤੁਸੀਂ ਜ਼ਿਆਦਾ ਅਪਲਾਈ ਕਰਨੇ ਨੇ, ਇਹਨੂੰ ਥੋੜ੍ਹਾ ਦੱਬ ਕੇ ਰੱਖੋ ਨਾ, ਫਿਰ ਆਹ ਬੀ ਹੁੰਦਾ ਹੈ ਨਾ, ਅਤੇ ਇਹਦੇ 'ਚ ਫਿਰ ਉਹ ਹੋਰ ਵੀ ਜ਼ਿਆਦਾ ਜਿਵੇਂ ਵਧੀਆ ਲੱਗਦੇ ਨੇ ਫਿਰ ਪੂਰੇ ਹੈ ਨਾ। ਅਤੇ ਜਦੋਂ ਤੁਹਾਨੂੰ ਲੱਗਦਾ ਵੀ ਰੋਕਣ ਲੱਗਿਆ ਫਿਰ ਚਾਹੇ ਛੱਡ ਦਿਓ ਇਹਨੂੰ, ਅਤੇ ਉਹ ਫਿਰ 3 ਨੰਬਰ 'ਤੇ ਫਿਰ ਆਜੂਗਾ। ਜਦੋਂ ਆਫ ਕਰਨੇ ਨੇ ਤਾਂ ਲੀਵਰ ਨੂੰ ਉੱਪਰ ਨੂੰ ਕਰੀ ਜਾਣਾ, ਅਤੇ ਉਹ ਆਫ ਦਾ ਸਾਈਨ ਆਜੂਗਾ। ਠੀਕ ਹੈ ਜੀ।